ਮੇਰਾ ਜੀ ਕਰਦਾ ਜਿਹੜੀਆਂ ਜਿਹੜੀਆਂ ਤੂੰ ਮੇਰੇ ਨਾਲ ਗੱਲਾਂ ਕਰਦੀ ਸਾਰੀਆਂ ਸਨੈਪਚੈਟ ਟੱਪਾ ਦਾ, ਪਰ ਮੇਰਾ ਵੱਸ ਨਹੀਂ ਚੱਲਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਲਕਸ਼ਦਾ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਸ਼ਹਿਨਾਜ਼ ਗਿੱਲ ਇੱਕ ਅਜਿਹੀ ਸਿੰਗਰ ਅਤੇ ਮਾਡਲ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਉਸਨੂੰ ਲੋਕ ਹਮੇਸ਼ਾ ਟ੍ਰੋਲ ਕਰਨ ਦਾ ਮੌਕਾ ਨਹੀਂ ਛੱਡਦੇ। ਤਾਂ ਤੁਹਾਨੂੰ ਦੱਸ ਦਈਏ ਕਿ ਉਹ ਕਈ ਵਾਰ ਤਾਂ ਖੁਦ ਮੌਕਾ ਦਿੰਦੀ ਹੈ ਕਿ ਲੋਕ ਉਹਨਾਂ ਨੂੰ ਟ੍ਰੋਲ ਕਰਨ। ਅਤੇ ਅੱਜ ਉਹਨਾਂ ਨੇ ਸ਼ੇਅਰ ਕੀਤੀ ਆਪਣੀ ਫਰੈਂਡ ਦੇ ਨਾਲ ਬਣਾ ਕੇ ਇੱਕ ਵੀਡੀਓ ਜਿਸ ਦੇ ਵਿੱਚ ਉਹ ਖੁਦ ਕਹਿ ਰਹੇ ਕਿ ਉਹਨਾਂ ਨੂੰ ਜਦੋਂ ਲੋਕ ਟ੍ਰੋਲ ਕਰਦੇ ਨੇ ਤਾਂ ਉਹਨਾਂ ਨੂੰ ਬੇਹੱਦ ਮਜ਼ਾ ਆਉਂਦਾ ਹੈ। ਤਾਂ ਤੁਸੀਂ ਵੀ ਦੇਖੋ ਹੋਰ ਕੀ ਕੁਝ ਕਿਹਾ ਸ਼ਹਿਨਾਜ਼ ਗਿੱਲ ਨੇ। ਤੁਹਾਨੂੰ ਦੱਸ ਦਈਏ ਕਿ ਸ਼ਹਿਨਾਜ਼ ਮੈਲਬਰਨ 'ਚ ਆਪਣੀ ਇੱਕ ਦੋਸਤ ਮਨਿੰਦਰ ਨੂੰ ਕਾਫ਼ੀ ਟਾਈਮ ਬਾਅਦ ਮਿਲੀ ਅਤੇ ਸ਼ਹਿਨਾਜ਼ ਨੇ ਆਪਣੀ ਉਸ ਦੋਸਤ ਨਾਲ ਗੱਲਾਂ ਕਰਦਿਆਂ ਦੀ ਇੱਕ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪਾਈ ਹੈ, ਜਿਸ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਖੁਲਾਸਾ ਹੋਇਆ ਹੈ। ਤੁਸੀਂ ਵੀ ਦੇਖੋ ਇਹ ਵੀਡੀਓ। ਮੇਰਾ ਜੀ ਕਰਦਾ ਜਿਹੜੀਆਂ ਜਿਹੜੀਆਂ ਤੂੰ ਮੇਰੇ ਨਾਲ ਗੱਲਾਂ ਕਰਦੀ ਸਾਰੀਆਂ ਸਨੈਪਚੈਟ ਟੱਪਾ ਦਾ, ਪਰ ਮੇਰਾ ਵੱਸ ਨਹੀਂ ਚੱਲਦਾ। ਇਹਨਾਂ ਵੀਡੀਓਜ਼ ਨੂੰ ਦੇਖਣ ਤੋਂ ਬਾਅਦ ਕੀ ਤੁਹਾਨੂੰ ਵੀ ਲੱਗਦਾ ਕਿ ਇਹ ਦੋ ਸਹੇਲੀਆਂ ਦਾ ਮਜ਼ਾਕ ਸੀ ਜਾਂ ਫਿਰ ਇਸ ਵਿੱਚ ਕੁਝ ਰਿਐਲਿਟੀ ਹੈ? ਸਾਨੂੰ ਜ਼ਰੂਰ ਦੱਸੋ ਕਮੈਂਟ ਕਰਕੇ ਕਮੈਂਟ ਬਾਕਸ ਦੇ ਵਿੱਚ, ਅਤੇ ਹੋਰ ਲੇਟੈਸਟ ਅਤੇ ਨਵੀਂ ਅਪਡੇਟ ਲਈ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਮੇਰਾ ਜੀ ਕਰਦਾ ਜਿਹੜੀਆਂ ਜਿਹੜੀਆਂ ਤੂੰ ਮੇਰੇ ਨਾਲ ਗੱਲਾਂ ਕਰਦੀ ਸਾਰੀਆਂ ਸਨੈਪਚੈਟ ਟੱਪਾ ਦਾ, ਪਰ ਮੇਰਾ ਵੱਸ ਨਹੀਂ ਚੱਲਦਾ। ਹੈਲੋ ਐਵਰੀਵਨ, ਮਾਈ ਨੇਮ ਇਜ਼ ਦੇਵਾ ਸੇਠੀ, ਆਈ ਐਮ ਫਰੋਮ ਫਗਵਾੜਾ ਔਰ ਮੈਂ 25 ਸਾਲ ਕੀ ਹੂੰ। ਵਨ ਆਫ ਮਾਈ ਫਰੈਂਡ ਫਰੋਮ ਜਲੰਧਰ, ਉਹਨੇ ਮੁਝੇ ਬੋਡੀ ਫੈਟ ਕੇ ਬਾਰੇ ਮੇਂ ਬਤਾਇਆ। ਸਿਰਫ 3 ਮਹੀਨੇ ਯਹਾਂ ਪੇ ਸਪੈਂਡ ਕਰਨੇ ਕੇ ਬਾਅਦ ਮੈਨੇ ਟੋਟਲ ਵੇਟ ਲਾਸ ਯਹਾਂ ਪੇ 16 ਕੇਜੀ ਕੀਆ ਹੈ ਔਰ ਮੇਰਾ ਇੰਚ ਲਾਸ ਵੀ 70 ਪਲੱਸ ਕੀਆ ਹੈ। ਆਈ ਵੁੱਡ ਲਾਈਕ ਟੂ ਸੇ ਪਲੀਜ਼ ਕਮ ਹੇਅਰ ਫੋਰ ਅ ਹੈਲਦੀ ਵੇਟ ਲਾਸ ਐਂਡ ਯੂ ਵਿਲ ਸੀ ਦ ਰਿਜ਼ਲਟਸ। ਥੈਂਕ ਯੂ ਸੋ ਮਚ। ਸਾਡਾ ਅੱਜ ਤੋਂ ਵੇ ਸਜਣਾ।